Hello everyone, today I share a question paper of Bachelor of Computer Application first semester. So fundamentals of mathematical strategics. So ye wala tuhanu complete question paper jis video de vich milega. Ye Punjab University Chandigarh da question paper hai jo exam Jan Feb March de vich hoye si 2022 de vich. Oh wala question paper hai previous year da question paper hai. ਸੋ ਤੁਹਾਡੇ ਇਸ ਐਗਜ਼ਾਮ ਦੀ ਗੱਲ ਕਰੀਏ ਤਾਂ 65 ਮਾਰਕਸ ਦਾ ਤੁਹਾਡਾ ਐਗਜ਼ਾਮ ਹੁੰਦਾ ਅਤੇ 3 ਆਵਰਸ ਹੁੰਦੇ ਆ ਤੁਹਾਡੇ ਕੋਲ ਇਸ ਐਗਜ਼ਾਮ ਨੂੰ ਕੰਪਲੀਟ ਕਰਨ ਦੇ ਲਈ ਨੋਟ ਇਹਨਾਂ ਨੇ ਲਿਖਿਆ ਜੀ ਅਟੈਂਪਟ 5 ਕੁਐਸਚਨਸ ਇਨ ਆਲ ਇਨਕਲੂਡਿੰਗ ਕੁਐਸਚਨ ਨੰਬਰ 9th ਯੂਨਿਟ 5th ਵਿਚ ਇਜ਼ ਕੰਪਲਸਰੀ ਐਂਡ ਸਿਲੈਕਟਿੰਗ 1 ਕੁਐਸਚਨ ਈਚ ਫਰੋਮ ਯੂਨਿਟ 1 ਟੂ 4th ਸੋ ਟੋਟਲ ਤੁਸੀਂ 5 ਕੁਐਸਚਨ ਦੇ ਆਨਸਰ ਦੇਣੇ ਆ ਕੁਐਸਚਨ ਨੰਬਰ 1 ਹੈ ਸੌਰੀ ਕੁਐਸਚਨ ਨੰਬਰ ਜੋ ਤੁਹਾਡਾ 9th ਹੈ ਜੀ ਯੂਨਿਟ 5th ਹੈ ਜੀ ਉਹ ਤੁਹਾਡੇ ਲਈ ਕੰਪਲਸਰੀ ਹੈ ਅਤੇ ਉਸ ਤੋਂ ਇਲਾਵਾ ਤੁਹਾਡੇ 4 ਯੂਨਿਟ ਹੁੰਦੇ ਨੇ ਯੂਨਿਟ 1 ਤੋਂ ਲੈ ਕੇ 4 ਤੱਕ ਉਹਨਾਂ ਦੇ ਵਿੱਚ ਕੁਐਸਚਨ ਤੁਹਾਨੂੰ ਪੁੱਛੇ ਜਾਂਦੇ ਨੇ ਅਤੇ ਉਹ ਕੁਐਸਚਨ ਦਾ ਤੁਸੀਂ ਆਨਸਰ ਦੇਣਾ ਹੁੰਦਾ ਕਿਸੇ ਇੱਕ ਦਾ ਸੋ ਸਕਰੀਨ 'ਤੇ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਹਾਂ ਜੀ ਤੁਹਾਡਾ ਕੁਐਸਚਨ ਪੇਪਰ ਸੋ ਫਸਟ ਤੁਹਾਨੂੰ ਯੂਨਿਟ 1 ਸਕਰੀਨ 'ਤੇ ਸ਼ੋ ਹੋ ਰਿਹਾ ਜੀ ਤੁਸੀਂ ਇਹਦਾ ਸਕਰੀਨਸ਼ੋਟ ਲੈ ਸਕਦੇ ਹੋ ਅਤੇ ਤੁਹਾਡੇ ਅੱਗੇ ਇੱਕ ਛੋਟੀ ਜਿਹੀ ਰਿਕੁਐਸਟ ਵੀ ਹੈ ਜੀ ਜੋ ਤੁਹਾਡੇ ਵਟਸਐਪ ਗਰੁੱਪਸ ਬਣੇ ਹੁੰਦੇ ਨੇ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਉਹਨਾਂ ਦੇ ਵਿੱਚ ਇਸ ਵੀਡੀਓ ਦਾ ਲਿੰਕ ਸ਼ੇਅਰ ਕਰੋ ਤਾਂ ਜੋ ਤੁਹਾਡੇ ਫਰੈਂਡਸ ਤੱਕ ਵੀ ਕੁਐਸਚਨ ਪੇਪਰ 'ਤੇ ਵੀਡੀਓ ਪਹੁੰਚ ਸਕੇ ਅਤੇ ਮੈਨੂੰ ਮੋਟੀਵੇਸ਼ਨ ਮਿਲ ਸਕੇ ਅਤੇ ਮੈਂ ਹੋਰ ਵੀ ਵੀਡੀਓਜ਼ ਤੁਹਾਡੇ ਲਈ ਅਪਲੋਡ ਕਰ ਸਕਾਂ ਸੋ ਇਹ ਹੈਗਾ ਜੀ ਯੂਨਿਟ ਤੁਹਾਡਾ 1 ਨੈਕਸਟ ਤੁਹਾਨੂੰ ਮੈਂ ਸਕਰੀਨ 'ਤੇ ਸ਼ੋਅ ਕਰਵਾ ਰਹੀ ਹਾਂ ਜੀ ਤੁਹਾਡਾ ਯੂਨਿਟ 2 ਸੋ ਮੈਂ ਯੂਨਿਟ 2 ਤੁਹਾਨੂੰ ਕੰਪਲੀਟ ਹੀ ਸ਼ੋਅ ਕਰਵਾ ਰਹੀ ਹਾਂ ਇਹਦੇ ਵਿੱਚ 3rd ਨੰਬਰ ਹੈ ਅਤੇ 4 ਨੰਬਰ ਹੈ ਇਹ ਹੈਗਾ ਜੀ ਤੁਹਾਡਾ ਯੂਨਿਟ 2 ਸੋ ਤੁਹਾਨੂੰ ਯੂਨਿਟ 2 ਕੰਪਲੀਟ ਸ਼ੋਅ ਹੋ ਰਿਹਾ ਜੀ ਸਕਰੀਨ 'ਤੇ ਯੂਨਿਟ 2 ਦੇ ਅੱਗੇ ਤੁਹਾਨੂੰ ਮੈਂ ਸਕਰੀਨ 'ਤੇ ਸ਼ੋਅ ਕਰਵਾ ਰਹੀ ਹਾਂ ਜੀ ਯੂਨਿਟ 3rd ਸੋ ਯੂਨਿਟ 3rd ਵੀ ਮੈਂ ਤੁਹਾਨੂੰ ਸਕਰੀਨ 'ਤੇ ਸ਼ੋਅ ਕਰਵਾ ਰਹੀ ਹਾਂ 5th ਹੈ ਅਤੇ ਜੀ 6 ਹੈ ਜੀ ਸੋ ਇਹ ਹੈਗਾ ਜੀ ਯੂਨਿਟ 3rd ਨੈਕਸਟ ਆ ਗਿਆ ਜੀ ਤੁਹਾਡਾ ਯੂਨਿਟ 4th ਅਤੇ ਤੁਹਾਨੂੰ ਯੂਨਿਟ 5th ਵੀ ਸਕਰੀਨ 'ਤੇ ਸ਼ੋਅ ਹੋ ਰਿਹਾ ਜੀ ਸੋ ਇਹ ਸੀਗਾ ਜੀ ਤੁਹਾਡਾ ਕੰਪਲੀਟ ਕੁਐਸਚਨ ਪੇਪਰ ਹੈ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਕਮੈਂਟ ਕਰੋ ਅਤੇ ਸ਼ੇਅਰ ਕਰੋ ਅਤੇ ਚੈਨਲ ਨੂੰ ਜੇਕਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈੱਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫਾਰ ਵਾਚਿੰਗ